ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਹਾਜੀ ਗੁਲਾਮ ਮੁਹੰਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕਰਨਾ ਕਲਿੱਕ ਤਾਂ ਕਿ ਸਾਡੀ ਅੱਛੀ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਸੱਜਣਾ ਤੇ ਵੀਰਾਂ ਤੱਕ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਮਾਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਭਰਾਵਾਂ ਦੇ ਇਨਸ਼ਾਅੱਲਾ ਸ਼ੌਕ ਪੂਰੇ ਕਰਾਵਾਂਗੇ। ਬਾਕੀ ਜਨਾਬ ਇਹ ਦੂਸਰਾ ਸੂਹਾ ਸੂਈ ਹੈ, ਕਿੰਨੇ ਦਿਨ ਹੋ ਗਏ ਨੇ, ਕਿੰਨਾ ਮਾਲਕ ਜਨਾਬ ਪਿਆਰ ਮੁਹੱਬਤ ਵਾਲਾ ਮੁੱਲ ਕਰਦਾ ਹੈ। ਇਹ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ। ਬਾਕੀ ਕੈਮਰਾਮੈਨ ਆਪਣੇ ਕੈਮਰੇ ਦੀ ਨਜ਼ਰ ਨਾਲ ਚਾਰ ਸਵੇਰੇ ਇਨਸ਼ਾਅੱਲਾ ਮਾਝ ਨੂੰ ਤਸੱਲੀ ਕਰਵਾਵੇਗਾ। ਮਾਸ਼ਾਅੱਲਾ ਕੰਨੀ ਲੰਮੀ, ਮਾਸ਼ਾਅੱਲਾ ਪਸ਼ਮ ਹੈ ਪੂਰੀ ਗਿੱਠ ਗਿੱਠ, ਨਿੱਕੀ ਨਿੱਕੀ ਸਿੰਗੀ, ਇੱਕੋ ਜਿਹੀ ਅੱਖ, ਮਾਸ਼ਾਅੱਲਾ ਧੁੰਨੀ ਕੋੜੀ ਦਾ ਨਿਸ਼ਾਨ ਕੋਣੀ, ਚਾਰੇ ਖੋਰ ਇੱਕੋ ਜਿਹੇ ਜਿਵੇਂ ਘੋੜਿਆਂ ਦੇ ਸੁੰਭ ਹੁੰਦੇ ਨੇ। ਬਾਕੀ ਹਵਾਨਾ ਅੱਲਾ ਦੇ ਫਜ਼ਲੋ ਕਰਮ ਨਾਲ ਧੁੰਨੀ ਤੋਂ ਲੈ ਕੇ ਸਾਹ ਤੀਕ ਹਵਾਨਾ 2 ਫੁੱਟ ਹਵਾਨਾ ਚੌੜਾ, ਸੋਹਣਾ ਥਣ ਪੂਰਾ ਮੁੱਠ ਮੁੱਠ ਦਾ, ਪੂਰੀ ਵਿਰਲ ਮਾਸ਼ਾਅੱਲਾ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਹਮੇਸ਼ਾ ਦੀ ਤਰ੍ਹਾਂ। ਬਾਕੀ ਜਨਾਬ ਚਾਰ ਸਵੇਰ ਇਨਸ਼ਾਅੱਲਾ ਤਸੱਲੀ ਨਾਲ ਵਿਖਾਵਾਂਗੇ ਮੱਝ ਦੀ ਨਸਲ ਜ਼ਾਤ, ਅੱਲਾ ਦੇ ਫਜ਼ਲੋ ਕਰਮ ਨਾਲ ਪੂਰੀ ਜਨਾਬ 100% ਨੀਲੀ। ਬਾਕੀ ਹਵਾਨਾ ਮਾਸ਼ਾਅੱਲਾ ਮਸ਼ਕਲਾ ਹਵਾਨਾ ਧੁੰਨੀ ਤੋਂ ਲੈ ਕੇ ਤੇ ਸਾਹ ਤੀਕ ਹਵਾਨਾ, ਮੇਰਾ ਕੈਮਰਾਮੈਨ ਚਾਰ ਸਵੇਰ ਇਨਸ਼ਾਅੱਲਾ ਤਸੱਲੀ ਕਰਵਾ ਰਿਹਾ ਹਵਾਨੇ ਦੀ। ਮਾਸ਼ਾਅੱਲਾ ਅਗਲੀ ਖੀਰੀ ਕੈਮਰਾਮੈਨ ਸਾਹਿਬ ਤਸੱਲੀ ਨਾਲ ਵਿਖਾਣੀ ਹੈ। ਮਾਸ਼ਾਅੱਲਾ ਥਣ ਚਾਰੇ ਜਿਵੇਂ ਜਨਾਬ ਲੱਡੂ ਲੱਗਿਆ ਹੁੰਦਾ ਅੱਲਾ ਦੇ ਫਜ਼ਲ ਕਰਮ ਨਾਲ, ਰਸਗੁੱਲੇ ਵਰਗੇ ਮੁੱਠ ਮੁੱਠ ਦਾ, ਪੂਰੀਆਂ ਵਿਰਲਾਂ ਚਾਰ ਸਵੇਰ ਇਨਸ਼ਾਅੱਲਾ ਮੇਰੇ ਕੈਮਰੇ ਨਜ਼ਰ। ਬਾਕੀ ਦਾ ਜੋ ਮਾਮਲਾਤ ਹੈ ਸਾਰੀਆਂ ਗੱਲਾਂ ਜਨਾਬ ਚਾਚੇ ਤੋਂ ਸਾਂਝੀਆਂ ਪੁੱਛ ਕੇ ਦੇਵਾਂਗੇ। ਤੇ ਮੱਝ ਦੂਸਰਾ ਸੁਹਾ ਸੋਈ ਖੜੀ ਹੈ, ਕਿੰਨਾ ਦੁੱਧ ਕਰਦੀ ਹੈ। ਅਸਲਾਮੁਅਲੈਕੁਮ ਜੀ ਸਾਹਿਬ। ਵਾਲੈਕੁਮ ਅਸਲਾਮ ਜੀ। ਲਓ ਜੀ, ਸਭ ਤੋਂ ਪਹਿਲੇ ਭਰਾਵਾਂ ਨੂੰ ਇਹ ਦੱਸਣਾ ਕਿ ਮੱਝ ਆਪਣੀ ਕਿੰਨਵਾਂ ਸੁਹਾ ਸੋਈ ਹੈ? ਦੂਸਰਾ ਸੁਹਾ ਸੋਈ ਖੜੀ ਹੈ ਤੇ ਕਿੰਨੇ ਦਿਹਾੜੇ ਹੋ ਗਏ ਨੇ ਸੋਈ ਨੂੰ? ਸੋਈ ਨੂੰ ਅੱਜ 5ਵਾਂ ਦਿਹਾੜਾ ਵਾ। ਅੱਜ 5 ਦਿਹਾੜੇ ਹੋ ਗਏ ਨੇ ਸੋਈ ਨੂੰ ਜੀ। ਅੱਛਾ, ਸੂਈ ਖੜੀ ਹੈ ਥਣਾ ਵਿੱਚ, ਘਾਟਾ ਵਾਧਾ ਛੱਟਾ ਫੁਹਾਰ ਸਾਡੀ ਹੈ, ਛੱਟਾ ਫੁਹਾਰ ਹੋਵੇ ਚੋ ਕੇ ਲਓ ਯਾਨੀ ਕਿ ਤਸੱਲੀ ਕਰ ਲਵੇ ਕੋਈ, ਤਸੱਲੀ ਕਰੇ ਆਪਣੀ, ਤਸੱਲੀ ਵੀ ਆਪਾਂ ਇਨਸ਼ਾਅੱਲਾ ਭਰਾਵਾਂ ਨੂੰ ਅੱਜ ਇਹ ਵੀ ਦੱਸਾਂਗੇ, ਇੱਕ ਟਾਈਮ ਨਹੀਂ 2 ਟਾਈਮ ਤਸੱਲੀ ਕਰੋ ਤਾਂ ਕਿ ਤਸੱਲੀ 2 ਟਾਈਮ ਚੋਣ, 1 ਟਾਈਮ ਕੋ ਚੋਣੀ, ਠੀਕ ਹੋ ਗਿਆ। ਤੇ ਦੂਸਰੀ ਗੱਲ ਇਹ ਦੱਸਣੀ ਹੈ ਸਾਹਿਬ, ਹਾਂਜੀ ਆਪਾਂ ਨੇ ਜਿਹੜੀ ਹਾਂਜੀ ਮਾਈ ਜੀ ਤਰੀਫਾਂ ਘੱਟ ਕਰਨੀਆਂ ਨੇ ਕਿਉਂਕਿ ਭਰਾ ਇਨਸ਼ਾਅੱਲਾ ਸਮਝਦਾਰ ਆਪ ਹੀ ਵੇਖ ਲੈਂਦੇ ਨੇ। ਹਾਂਜੀ, ਇਹ ਮੱਝ ਆਪਣੀ ਪੂਰੀ ਨੀਲੀ ਵਿੱਚ ਹੈ? ਪੂਰੀ ਨੀਲੀ ਜੀ, ਹੁਣ ਸਾਹਮਣੇ ਇਹਦੀ ਮੈਂ ਤੇ ਤਰੀਫ ਕਰਾਂ ਤੇ ਉਹ ਹੈ ਹੀ ਨਹੀਂ, ਜਦੋਂ ਸਾਹਮਣੇ ਆ ਜਾਣੀ ਸਾਰੀ ਗੱਲ। ਸਹੀ ਗੱਲ ਹੈ ਸਰ, ਅਮਾ ਜੀ ਵੇਖਦਰ ਕਰ ਸਕਦਾ। ਹਾਂਜੀ, ਇਹ ਕੈਮਰਾਮੈਨ ਸਾਹਿਬ ਤਸੱਲੀ ਨੇ ਵਿਖਾਇਆ ਜੇ ਮਾਸ਼ਾਅੱਲਾ ਇੱਕ ਘੱਡੀ, ਬਾਕੀ ਜਨਾਬ ਪੂਸ਼ਲ ਬਰੀਕ ਪੁੱਠਾ, ਮਾਸ਼ਾਅੱਲਾ ਮੱਝ ਦਾ ਕੱਦ ਚੰਗਾ, ਮੁਲਾਮ ਚੰਗੀ, ਪੂਰੇ 6 ਫੁੱਟ ਨਾ ਹੋਵੇ ਤੇ ਫਿਰ ਜਨਾਬ ਆਪਣੇ ਨਾਲ ਗੱਲ ਕਰਨੀ ਹੈ। ਬਾਕੀ ਇਨਸ਼ਾਅੱਲਾ ਚਾਰ ਛੇਰ ਭਰਾਵਾਂ ਤਸੱਲੀ ਨਾਲ ਵਿਖਾ ਰਹੇ ਹਾਂ। ਲਓ ਜੀ ਸਾਹਿਬ, ਹੁਣ ਗੱਲ ਇਸ ਤਰ੍ਹਾਂ ਦੀ ਹੈ, ਮੱਝ ਆਪਾਂ ਪੂਰੀ ਵਿਖਾ ਰਹੇ ਭਰਾਵਾਂ ਨੂੰ, ਇਹਦਾ ਹਾਜ਼ਰ ਵਕਤ 2 ਟਾਈਮ ਦਾ ਦੁੱਧ ਜਿਹੜਾ ਆਪਾਂ ਗਰੰਟੀ ਨਾਲ ਚਵਾ ਸਕਦੇ ਹਾਂ, 2 ਟਾਈਮ ਦਾ ਲੀਟਰ 15 ਤੇ 16 ਲੀਟਰ, ਇਹ 15 ਯਾਨੀ ਕਿ ਕਨਫਰਮ। ਹਾਂਜੀ, ਠੀਕ ਹੈ, ਬੱਚੇ ਨੂੰ ਮੂੰਹ ਮਰਵਾ ਕੇ, ਠੀਕ ਹੋ ਗਿਆ। ਬਾਕੀ ਗੱਲ ਇਹ ਕਰਨੀ ਵੀ ਪਹਿਲਨ ਦਾ ਕੀ ਰਿਕਾਰਡ ਰਿਹਾ? ਪਹਿਲਨ ਦਾ ਰਿਕਾਰਡ ਇਹਦਾ 17-18 ਲੀਟਰ ਦੁੱਧ ਸੀਗਾ, ਕਿ ਮੈਂ ਦੁੱਧ ਦਊਗੀ 20 ਲੀਟਰ, 20+ ਕਰੇਗੀ। ਹਾਂਜੀ, ਇਨਸ਼ਾਅੱਲਾ ਕਰਨਾ ਵੀ ਚਾਹੀਦਾ ਕਿਉਂਕਿ ਆਰਡਰ ਕੁਆਲਿਟੀ ਮਾਸ਼ਾਅੱਲਾ ਇਹਦਾ ਐਵੇਂ ਜਿਵੇਂ ਜਨਾਬ ਬਸਤੇ ਬੰਨੇ ਨੇ। ਹਾਂਜੀ, ਦੂਸਰੀ ਗੱਲ ਇਹ ਆ ਵੀ ਮਾਈ ਦਾ ਕੱਦ ਇਮਾਨਦਾਰੀ ਨਾਲ ਦੱਸਣਾ ਵੀ ਹੈ 5.5 ਫੁੱਟ ਜਾਂ 6 ਫੁੱਟ ਸਾਹਮਣੇ ਹੈ ਜੀ ਆਪਣੇ, ਇੰਨਾ ਪੱਕਾ ਕੱਦ ਮੈਂ, ਇੰਨਾ ਕੱਦ ਹੈ ਵੇ। ਹਾਂਜੀ, ਕਿਉਂਕਿ ਆਮ ਜੋੜਾ ਇੰਨੀ ਮਾਸ਼ਾਅੱਲਾ ਤਗੜੇ ਜੋੜਾ ਚ ਮੱਝ ਹੈ, ਵਜ਼ਨ ਮਾਸ਼ਾਅੱਲਾ ਕੱਦ ਲਾਮ 4-4 ਇਨਸ਼ਾਅੱਲਾ ਭਰਾਵਾਂ ਤਸੱਲੀ ਨਾਲ ਵਿਖਾਵਾਂਗੇ। ਬਾਕੀ ਦੁੱਧ ਦੀ ਗਰੰਟੀ ਹੋਏਗੀ, ਜੋ ਗੱਲ ਕਰਾਂਗੇ ਇਨਸ਼ਾਅੱਲਾ ਪੱਕੀ ਜਨਾਬ ਕਰਾਂਗੇ, ਕੱਚੀਆਂ ਗੱਲਾਂ ਨਹੀਂ ਕਰਨੀਆਂ। ਬਾਕੀ ਨਸਲਾਂ ਜ਼ਾਤਾਂ ਇਨਸ਼ਾਅੱਲਾ ਭਰਾਵਾਂ ਦੇ ਸਾਹਮਣੇ, ਮੱਝ ਅੱਲਾ ਦੇ ਫਜ਼ਲ ਇਨਸ਼ਾਅੱਲਾ ਕੋਈ ਪਰਾਜ ਕੱਟੇਗਾ ਨਹੀਂ। ਅੱਛਾ ਜਨਾਬ, ਆਪਣੀ 15 ਲੀਟਰ ਦੀ ਗਰੰਟੀ ਹੈ, ਬਾਕੀ ਕੋਈ ਵੇਰ ਇਨਸ਼ਾਅੱਲਾ ਇਹਨੂੰ ਲਿਜਾਵੇਗਾ, ਮੈਲਾ ਚਲਾ ਸੁੱਟੇਗਾ, ਮੈਲਾ ਚਲਾ ਸੁੱਟੇਗੀ ਦੁੱਧ ਤੇ ਫੇਰ ਹੀ ਮੈਂ ਨੇ ਦੇਣਾ, 20 ਲੀਟਰ ਕਰੇਗੀ ਇਨਸ਼ਾਅੱਲਾ। ਇਹ ਕਾਦੇ ਨਾਲ ਉਖਲੋ ਕੇ ਵਿਖਾ, ਮਾਸ਼ਾਅੱਲਾ ਲਓ ਜੀ
ਠੀਕ ਹੋ ਗਿਆ, ਠੀਕ ਹੋ ਗਿਆ। ਹੁਣ ਇਹਦੇ ਪਿਆਰ ਮੁਹੱਬਤ ਵਾਲੇ ਪੈਸੇ ਜਿੱਤੇ ਆਪਾਂ ਮੱਝ ਵੇਚਣੀ, ਜਿੰਨਾ ਰੇਟ ਇੱਥੇ ਮੰਗੀ ਜਾਂਦੇ ਨਾ, ਹਾਂਜੀ, ਜਿਸ ਤਰੀਕੇ ਸਾਨੂੰ ਵੀ ਤੂੰ ਡਰਾ ਦਿੱਤਾ, ਇਹ ਡਰਾਉਣਾ ਨਹੀਂ ਭਰਾਵਾਂ ਨੂੰ, ਵੇਚਣ ਵਾਲਾ ਰੇਟ ਆਪਾਂ ਕਰਨਾ, ਮੁਹੱਬਤ ਪਿਆਰ ਆ। ਇੱਕੋ ਹੀ ਗੱਲ ਕਰਦੇ ਮੈਂ ਨਿੱਕੀ ਸੁਣਾਈਏ ਗੱਲ ਤੇ ਵੀਡੀਓ ਨੂੰ ਬੰਦ ਕਰੀ, ਬੋਲ ਕਰੀ ਜਾਣ ਨੂੰ ਤੇ ਜਿੰਨਾ ਮਰਜ਼ੀ ਕਰੀ ਜਾਈਏ, ਮਾਈ ਦਵਾਂਗਾ 6.5 ਲੱਖ, 6.5 ਲੱਖ ਦੀ ਇਹਦੋਂ ਘੱਟ ਨਹੀਂ ਦੇਵਾਂਗਾ। ਹਾਂਜੀ, ਮੈਂ ਕਹਿੰਦਾ ਗੱਲ ਤਾਂ ਤੂੰ ਵੈਰੀ ਗੁੱਡ ਆਈ ਕੀਤੀ, ਕਿਉਂਕਿ ਜਿਹੜਾ 8 ਲੱਖ ਰੁਪਇਆ ਮੰਗਦਾ ਸੀ ਮਾਈ, 6.5 ਲੱਖ ਦੀ, 6.5 ਲੱਖ ਦੀ। ਜੇ ਕੋਈ ਜੀ ਭਰਾ ਚੱਲ ਕੇ ਆਵੇ ਪਿਆਰ ਮੁਹੱਬਤ, ਉਹ ਤਾਂ ਫਿਰ ਪਿਆਰ ਮੁਹੱਬਤ ਜਿਹੜੀ ਆ ਕਹੋਗੇ ਕਰ ਲਾਂਗੇ। ਹਾਂਜੀ, ਵੀ ਸੁਣੀ ਜਾਂਦੇ ਹੋ, ਆਈ ਸਮਝ, 6.5 ਲੱਖ ਵਿਚ ਪਿਆਰ ਮੁਹੱਬਤ ਇਹਦੇ ਮਗਰ ਕੀ ਜਗ੍ਹਾ ਅੱਲਾ ਦੇ ਫਜ਼ਲ ਨਾਲ ਇਨਸ਼ਾਅੱਲਾ ਬਰਾਬਰ ਹੈ, ਕੋਈ ਨੀਵੀ ਨੀ ਕੋਈ ਉੱਚੀ ਨੀ, ਮੱਝ ਆਪਦੀ ਮਰਜ਼ੀ ਨਾਲ ਜਨਾਬ ਖੜੀ ਹੈ, ਨਾ ਮੋਹਰਾ ਪਾਈ ਦੇ ਵਿੱਚੋਂ ਕੱਢ ਦੇ ਬਸ ਪੈਰ ਚ, ਮਗਰ ਕੱਟੀ ਫਣਾਂ ਦੀ ਗਰੰਟੀ। ਬਾਕੀ ਇਨਸ਼ਾਅੱਲਾ ਵੀਡੀਓ ਅੱਛੀ ਲੱਗੇ ਤੇ ਆਪਣੀ ਵੀਡੀਓ ਨੂੰ ਜਨਾਬ ਸ਼ੇਅਰ ਤੇ ਲਾਈਕ ਤੇ ਮਾਸ਼ਾਅੱਲਾ ਦੇ ਕਮੈਂਟ ਜ਼ਰੂਰ ਕੀਤਾ ਕਰੋ। ਬਾਕੀ ਜਨਾਬ ਨੰਬਰ ਹੁੰਦਾ 0348-0-67-84-18 ਗੇੜਾ ਕਢਾ ਦੇ ਇੱਥੇ। ਮਾਸ਼ਾਅੱਲਾ ਠੀਕ ਹੋ ਗਿਆ, ਠੀਕ ਹੋ ਗਿਆ ਐਸਾ ਸਟਿਕ ਤੂੰ ਥੋੜ੍ਹੀ ਜਿਹੜੀ ਨਾ, ਇੱਕੋ ਜਿਹੀ ਅੱਖ ਮਾਸ਼ਾਅੱਲਾ, ਦੂਸਰਾ ਵਾਰਾ ਸੂਈ ਖੜੀ ਹੈ। ਬਾਕੀ ਜਨਾਬ ਥਣਾਂ ਦੀ ਗਰੰਟੀ, ਦੁੱਧ ਜਨਾਬ 15 ਲੀਟਰ ਦੀ ਗਰੰਟੀ, ਕੋਈ ਵੀਰ ਆਵੇ ਸਫ਼ਰ ਕਰਕੇ ਇਨਸ਼ਾਅੱਲਾ ਤੇ ਸਫ਼ਰ ਜ਼ਾਇਆ ਨਹੀਂ ਹੋਏਗਾ ਤੇ ਨਾ ਹੀ ਜਨਾਬ ਵੀਰਾਂ ਦਾ ਇਨਸ਼ਾਅੱਲਾ ਟਾਈਮ ਜ਼ਾਇਆ ਕਰਾਉਣਾ ਵੇ। ਇਹ ਮਗਰ ਕੱਟੀ ਕੈਮਰਾਮੈਨ ਸਾਹਿਬ ਖਾ ਜੀ, ਮਗਰ ਕੱਟੀ ਜਨਾਬ, ਨੰਬਰ ਆਪਣਾ ਸਕਰੀਨ ਤੇ 0348-0-67-84-88। ਮਿਲਾਂਗੇ ਅਗਲੀ ਵੀਡੀਓ ਦੇ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।